ਅਤੇ ਸਾਹਮਣੇ ਉਹ ਪੁਣ ਤੱਕੀ ਰਸੋਈ ਜਿਹੜੀ ਆ ਨਾ ਦਰਬਾਰ ਹੈ ਪਲੇਟ ਸ਼ਰੀਫ, ਠੀਕ ਹੈ ਜੀ। ਇਸ ਨੇ ਜਾਣਾ ਚਾਰਸ਼ਵੇਰੀਆਂ, ਜਾਣਾ ਕਬਰਸਤਾਨ ਸੀ ਮਸਜਿਦ ਨੇ, ਉੱਪਰ ਗੁੰਬਦ ਵੀ ਤੱਕ ਨੇ ਮਾਸ਼ਾਅੱਲਾ। ਬੜੀ ਮਿਹਨਤ ਵਧੀਆ ਹਜ਼ਰਾਤ ਇਸ ਟਾਈਮ ਅਸਾਂ ਮੌਜੂਦ ਹਾਂ ਰਾਏਪੁਰ ਨੇ ਮੁਕਾਮ ਪਰ ਤੱਕੀ ਰਿਹਾ ਸੋ ਲੋਕਾਂ ਜਿਹੜਾ ਬਾਰੀਆਂ ਰਹੀ ਹੋਈਆਂ, ਠੀਕ ਹੈ। ਇਸ ਪਾਸੇ ਤੱਕ ਨੇ ਸੋ ਕਾਫੀ ਸਾਰੀ ਕਣਕ ਕਰਾਈ ਵੀ ਨੇ, ਹੁਣ ਕਹਿ ਜਾਸਾਂ ਇਨਸ਼ਾਅੱਲਾ ਤੁਸੀਂ ਕਿਸੇ ਬਾਰੀਆਂ ਰੇੜੀਆਂ ਦੱਸਣ, ਠੀਕ ਹੈ। ਉਸ ਤੋਂ ਬਾਕੀ ਜਗ੍ਹਾ ਹਾਲ ਵੀ ਮਾਰਨੇ ਸਨ, ਉਹ ਵੀ ਤੁਸੀਂ ਕਿ ਇਨਸ਼ਾਅੱਲਾ ਦੱਸਾਂ। ਅਤੇ ਡੈਮ ਲੱਗਣੇ ਸੋ ਬਿਲਕੁਲ ਉਹ ਸਾਹਮਣੇ ਆ, ਕਾਫੀ ਸਾਰਾ ਟਾਈਮ ਲਈ ਗਿਆ ਅਤੇ ਕਾਫੀ ਦਿਹਾੜਿਆਂ ਬਾਅਦ ਜਿਹੜਾ ਨਾ ਅਸਾਂ ਆਏ ਹਾਂ। ਅਤੇ ਇਹ ਜਿਹੜਾ ਏਰੀਆ ਹੈ ਪਗਲ ਚੈੱਕ ਹੈ ਪਾਰ ਚੀਟਿੰਗ ਕੀ ਤੁਸੀਂ ਦੱਸੀ ਰਹੀ ਹੈ, ਉਹ ਜਿਹੜਾ ਡਡਿਆਲ ਹੈ ਇਹਦੇ ਲਈ ਤੱਕ ਦੱਸੋ। ਇਹ ਜਾਣਾ ਜੀ ਇਸ ਟਾਈਮ ਅਸਾਂ ਮੌਜੂਦ ਹਾਂ ਰਾਏਪੁਰ ਨੇ ਮੁਕਾਮ ਪਰ। ਹਾਂਜੀ ਵਧੀਆ ਹਜ਼ਰਾਤ ਇਸ ਟਾਈਮ ਤੱਕ ਹੀ ਰਹੇ ਸੋ ਕਾਫੀ ਸਾਰੀ ਧੂਰ ਪਈ ਵੀ ਆ, ਠੀਕ ਹੈ। ਮੋਟਰਸਾਈਕਲ ਥੋੜ੍ਹਾ ਚਲਾਉਣਾ ਜਿਹੜਾ ਨਾ ਮੁਸ਼ਕਿਲ ਹੋ ਜਾਣਾ ਹੈ, ਤੱਕਣੇ ਦੱਸੋ ਧੂਰ ਭਾਈ ਮੁਸਤਫਾ ਬੈਕ ਸਾਈਡ ਮਾਰਸਨ ਪਿੱਛਾ ਵੀ ਤੇਜ਼ ਤੁਸੀਂ ਜਿਹੜੀ ਇਸ ਟਾਈਮ ਜੀ ਜਾਈ ਰਿਹਾ ਕਲਵਰੀ ਮਸਜਿਦ ਕੋਲ, ਉਹ ਤੱਕ ਸੋ ਸਾਹਮਣੇ ਕਲਵਰੀ ਮਸਜਿਦ ਹੈ ਇਨਸ਼ਾਅੱਲਾ ਤੋਰ ਜਾਣਾ ਤੁਸੀਂ ਕਿ ਕਲਵਰੀ ਮਸਜਿਦ ਦੱਸਾਂ। ਅਤੇ ਡੈਮ ਹੀ ਲਈ ਗਿਆ ਆ, ਤੁਸੀਂ ਪਤਾ 6 ਮਹੀਨੇ ਬਾਅਦ ਜਾਣਾ ਡੈਮ ਚੜ੍ਹਨ ਆਇਆ, ਮੋਟਰਸਾਈਕਲ ਅਸਾਂ ਉੱਪਰ ਕਰੀ ਕਹਿੰਦਾ ਧੂਰ ਹੈ ਬੁਣ। ਅਤੇ 6 ਮਹੀਨੇ ਬਾਅਦ ਡੈਮ ਚੜ੍ਹਨਾ ਕਲਵਰੀ ਮਸਜਿਦ ਜਿਹੜੀ ਆ ਨਿਕਲਣੀ ਹੈ ਬਾਹਰ, ਅੱਜ ਸੋਚਿਆ ਤੁਸਾਂ ਦਾ ਸ਼ੇਅਰ ਕਰਨੇ ਆ। ਰਹੀਮ ਅਸਲਾਮ ਵਾਲੇਕਮ, ਮੈਂ ਹੂੰ ਤਾਲਾ ਹੁਸੈਨ। ਅੱਜ ਨੇ ਵਲੋਗ ਨਾ ਕਰਨੇ ਦੀ ਆਗਾਜ਼, ਉਮੀਦ ਕਰਨਾ ਅੱਜ ਨੀ ਵੀਡੀਓ ਤੁਹਾਨੂੰ ਕਾਫੀ ਪਸੰਦ ਆਈ ਸੀ। ਅਗਰ ਵੀਡੀਓ ਪਸੰਦ ਚਾਹ ਲਾਈਕ ਮੈਂ ਜ਼ਰੂਰ ਕਰ ਸੋ, ਮੈਂ ਚੈਨਲ ਸਬਸਕ੍ਰਾਈਬ ਕਰ ਸਕਦਾ ਪਹਿਲਾਂ ਕਹਿੰਦੇ ਪਾਸ ਉਹ ਤਾਂ ਕਿ ਮਾੜੀ ਵੀਡੀਓ ਤੁਸੀਂ ਕਿ ਲੱਭਣੇ ਰਹੋ। ਇਸ ਟਾਈਮ ਜੀ ਬੈਕ ਸਾਈਡ ਤੋਂ ਸਾਡੇ ਪਿੱਛੇ ਤੱਕ ਹੀ ਸੋ ਮਸਜਿਦ, ਤੁਸੀਂ ਪਤਾ ਤਾਂ ਲਈ ਗਿਆ ਸੀ ਅਸਾਂ ਘਰੀ ਜਗ੍ਹਾ ਇਸ ਟਾਈਮ ਖਲਤੇ ਹੋਏ ਹਾਂ। ਇਹ ਜਿਹੜੀ ਮਸਜਿਦ ਹੈ ਕਲਵਰੀ ਮਸਜਿਦ ਹੈ, ਮੁਗਲਾਂ ਨੇ ਵੇਲੇ ਨਹੀਂ ਬਣਤੀ ਮਸਜਿਦ ਹੈ, ਕਾਫੀ ਪੁਰਾਣੀ ਮਸਜਿਦ ਹੈ। ਤੱਕਣੇ ਸੋ ਕੋਈ ਬੁਨਿਆਦਾਂ ਇਸਨੇ ਜਿਹੜੀਆਂ ਨਾਲ ਪਈਆਂ ਢੱਠੀਆਂ, ਠੀਕ ਹੈ ਜੀ। ਅਤੇ ਮੇਨ ਗੇਟ ਹੋਣਾ ਸੀ ਜਿਹੜਾ ਆਉਣੇ ਇੱਥੇ ਜਿਹੜਾ ਨਾ ਮਤਲਬ ਢੱਠਾ ਸੀ ਮੂਰੀ, ਇਹਨਾਂ ਜਿਹੜਾ ਨਾ ਇੱਥੇ ਰੱਖੇ ਹੋਏ ਆ। ਅਤੇ ਇਸ ਨੇ ਜਿਹੜਾ ਮੀਨਾਰ ਨਾ, ਠੀਕ ਹੈ, ਸਿਰਫ ਜਿਹੜਾ ਨਾ ਮਸਜਿਦ ਬਚੀ ਆ। ਤੱਕਣੇ ਸੋ ਕੋਈ ਜਿਹੜਾ ਨਾ ਇੱਥੇ ਮੁਤਾਸਰ ਹੋਈ ਹੈ। ਅਤੇ ਸਾਲਾਂ ਵਿੱਚ ਜਿਹੜਾ ਨਾ ਇੱਕ ਵਾਰੀ ਨਿਕਲਣੀ ਹੈ ਪਾਣੀਆਂ ਸੁਬਾਹ। ਇਹ ਵੀ ਸਾਰੀ ਖੁਸ਼ਕਿਸਮਤੀ ਹੈ ਕਿ ਅਸਾਂ ਜਿਹੜਾ ਨਾ ਪਿਓ ਦਾਦੇ ਨਾਲ ਜਿਹੜਾ ਉਸ ਵੇਲੇ ਨਾ ਗ੍ਰਾਂ ਸੀ ਉਹ ਤੱਕੀ ਸਕਦੇ ਹਾਂ, ਠੀਕ ਹੈ। ਹੋਰ ਤਾਂ ਕੋਈ ਰਿਹਾ ਨਹੀਂ, ਸਿਰਫ ਨਾਲ ਹੀ ਕਬਰਾਂ। ਅਤੇ ਉਸ ਤੋਂ ਬਾਅਦ ਇਹ ਮਸਜਿਦ ਹੀ ਹੈ ਜਿਹੜੀ ਸਾਰੀ ਯਾਦ ਹਾਲੇ ਵੀ ਤਾਜ਼ਾ ਕਰਨੀ ਹੈ, ਕਲਵਰੀ ਮਸਜਿਦ, ਠੀਕ ਹੈ ਜੀ। ਅੱਜ ਜਿਹੜਾ ਇਨਸ਼ਾਅੱਲਾ ਤੁਸੀਂ ਕਿ ਦੱਸਾਂ, ਅਤੇ ਤੱਕਣੇ ਸੋ ਮਾਸ਼ਾਅੱਲਾ ਕਾਫੀ ਸੋਹਣੀ ਮਸਜਿਦ ਹੈ, ਇੱਕ ਯਾਦਗਾਰ ਮਸਜਿਦ ਹੈ। ਅੱਜ ਵੀ ਜਿਹੜਾ ਨਾ ਸਾਰੇ ਦੇਸ਼ ਪਰਦੇਸ਼ ਲੋਕ ਜਿਹੜੇ ਅੱਛੇ ਨੇ ਉਹ ਤੱਕਣੇ ਇਸ ਮਸਜਿਦ ਕੀ, ਠੀਕ ਹੈ। ਉਸ ਤੋਂ ਬਾਅਦ ਨਾਲ ਹੀ ਇੱਧਰ ਵੀ ਕਬਰਿਸਤਾਨ ਹੈ, ਇਸ ਸਾਈਡ ਵੀ ਕਬਰਿਸਤਾਨ ਹੈ, ਬੂਨ ਮੰਗਲਾ ਡੈਮ ਹੈ, ਉਸ ਤੋਂ ਬਾਅਦ ਪਲੀਜ਼ ਸ਼ਰੀਫ ਦਰਬਾਰ ਹੈ ਤੁਸੀਂ ਕਿ ਉਹ ਵੀ ਅਸਾਂ ਦੱਸਣੇ ਆਏ ਹਾਂ। ਹਮੇਸ਼ਾ ਸ਼ੇਅਰ ਕਰਨ ਦਾ ਮਕਸਦ ਇਹ ਆਉਣਾ ਕਿ ਜੇ ਸਾਰੇ ਭੈਣ ਭਰਾ ਦੇਸ਼ ਪ੍ਰਦੇਸ਼ ਬੈਠੇ ਹੋਏ, ਚਲੋ ਉਹ ਜਿਹੜਾ ਨਾ ਆਪਣਾ ਗ੍ਰਾਂ ਤੱਕ ਹੀ ਸਕਣ, ਕੁਝ ਮਜਬੂਰੀਆਂ ਨਹੀਂ ਹਾਲਾਤ ਐਸੇ ਨੇ ਕਿ ਉਹ ਅੱਛੀ ਨਹੀਂ ਸਕਣੇ।
ਅਤੇ ਅੱਜ ਜਿਹੜਾ ਨਾ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਹੈ ਅਤੇ ਖਾਸ ਕਰੀ ਕਲਵਰੀ ਮਸਜਿਦ ਜਿਹੜੀ ਨਾ ਇਨਸ਼ਾਅੱਲਾ ਉਹ ਦੱਸਾਂ। ਅੱਛਾ ਜੀ, ਤੱਕਣੇ ਸੋ ਸਾਰੇ ਭੈਣ ਭਰਾ ਅੱਜ ਨੇ ਇੱਥੇ ਜਿਹੜਾ ਨਾ ਖਾਣੇ ਪੀਣੇ ਵੀ ਨੇ ਠੀਕ ਹੈ। ਇਹ ਤਾਂ ਕੀ ਰਿਹਾ ਮਸਜਿਦ, ਇਹ ਜਿਹੜੇ ਨਾ ਇਸਨੇ ਸਾਹਮਣੇ ਵਾਲੇ ਤਰੇ ਦਰਵਾਜ਼ੇ ਨੇ ਠੀਕ ਹੈ ਨਾ। ਤਾਂ ਕੀ ਰਿਹਾ ਜਿਹੜਾ ਨਾ ਮਸਜਿਦ ਦਾ ਦਰਵਾਜ਼ਾ ਜਿਹੜਾ ਨਾ ਕਾਫੀ ਛੋਟੇ ਨੇ ਠੀਕ ਹੈ। ਜਿਹੜਾ ਅੰਦਰ ਜਾਣਾ ਥੋੜ੍ਹਾ ਝੁਕਣਾ ਪੈਣਾ ਸੀ ਠੀਕ ਹੈ ਜੀ। ਇਹ ਤਾਂ ਕੀ ਰਿਹਾ ਨਾਲ ਹੀ ਦਰਵਾਜ਼ਿਆਂ ਠੀਕ ਹੈ। ਇਹ ਜੀ ਮਾਸ਼ਾਅੱਲਾ ਸੋਹਣੀ ਮਸਜਿਦ ਹੈ, ਪੁਰਾਣੀ ਮੁਗਲਾਂ ਨੇ ਮਿਲਣੀ ਜਿੱਥੇ ਵੀ ਤੱਕਣੇ ਸੋ ਤਰੇ ਦਰਵਾਜ਼ੇ ਨੇ। ਉਸ ਤੋਂ ਬਾਅਦ ਦੋ ਦਰਵਾਜ਼ੀਆਂ, ਇਹ ਜਿਹੜੇ ਨਾ ਇਸਨੇ ਮੀਨਾਰ ਪਏ ਹੋਏ ਤਾਂ ਕੀ ਰਿਹਾ ਸੋ। ਉਸ ਤੋਂ ਬਾਅਦ ਇਹ ਜਿਹਾ ਮੇਨ ਗੇਟ ਸੀ ਠੀਕ ਹੈ। ਮਾਸ਼ਾਅੱਲਾ ਇਹ ਕਬਰਸਤਾਨ ਹੈ ਨਾਲ ਇਸ ਪਾਸੇ, ਤਾਂ ਕੀ ਰਿਹਾ ਸੋ ਅਸਾਂ ਜਾਣਾ ਆਪਣੇ ਉਂਡੇ ਪਰ ਆਏ ਸਾਂ ਠੀਕ ਹੈ। ਕੋਈ ਭਾਈ ਮੱਛੀਆਂ ਵੀ ਪੋਰੀ ਨੇ ਅਤੇ ਸਾਹਮਣੇ ਉਹ ਪੂਨ ਤਾਂ ਕੀ ਰਿਹਾ ਸੋ, ਇਹ ਜਿਹੜੀਆਂ ਨਾ ਦਰਬਾਰ ਹੈ ਪਲੀਰ ਸ਼ਰੀਫ ਠੀਕ ਹੈ ਜੀ। ਇਸਨੇ ਜਿਹੜਾ ਨਾ ਚਾਰ ਸ਼ੇਰੀਆਂ ਜਾਣਾ ਨਾ ਕਬਰਸਤਾਨ ਸੀ ਮਸਜਿਦ ਨੇ ਉੱਪਰ ਗੁੰਬਦ ਵੀ ਤੱਕਣੇ ਸੋ ਮਾਸ਼ਾਅੱਲਾ ਬੜੀ ਮਿਹਨਤ ਹੈ ਜੀ। ਤੱਕੀ ਰਿਹਾ ਸੋ ਉਸ ਦੋ ਕਿਤਨੇ ਬੜੇ ਪਾਏ ਜਾਣੇ ਸਨ ਠੀਕ ਹੈ। ਸਿਮਟ ਸਰੀਆ ਉਸ ਟਾਈਮ ਕੋਈ ਆਉਣਾ ਸੀ, ਇਹ ਚੀਜ਼ਾਂ ਜਿਹੜੇ ਨਾ ਮੋਟੀਆਂ ਕਰੀ ਬਣਾਈ ਹੋਈ ਸਨ। ਅੱਛਾ ਜੀ, ਹੁਣ ਆਈ ਗਿਆ ਕਬਰਸਤਾਨ ਵਿੱਚ ਠੀਕ ਹੈ ਜੀ। ਇਹ ਤੁਸੀਂ ਤੱਕੀ ਰਿਹਾ ਸੋ ਇਹ ਕਬਰਾਂ ਨੇ ਸਾਰੀਆਂ, ਅੱਛਾ ਜੀ ਇਹ ਤਾਂ ਕੀ ਜੇ ਸੋ ਮਾਸ਼ਾਅੱਲਾ ਕੋਈ ਕਬਰਾਂ ਹਾਲੇ ਵੀ ਸਲਾਮਤ ਨੇ ਠੀਕ ਹੈ। ਅਤੇ ਕੁਝ ਜਿਹੀਆਂ ਨਾ ਭੱਜੀ ਗਈਆਂ ਇਸ ਪਾਸੇ ਵੀ ਤੱਕਣੇ ਸੋ ਕੁਨਾ ਕੁਛ ਕੁਝ ਬੰਦਿਆਂ ਜਿਹਨਾਂ ਨੇ ਤਖਤੀਆਂ ਲਾਈਆਂ ਜਿਨ੍ਹਾਂ ਦੀਆਂ ਕਬਰਾਂ ਮਹਿਫੂਜ਼ ਨੂੰ ਹੈ ਜੀ। ਅੱਛਾ ਜੀ, ਮੈਂ ਤੁਸਾਂ ਕਿ ਬਾਈ ਰਿਹਾ ਸਾਂ ਪੁਰਾਣੇ ਜ਼ਮਾਨੇ ਜਿਹੜਾ ਕਬਰ ਬਣਾਉਣੇ ਨੇ ਸੋ ਉਹਲੇ ਤਖਤੀਆਂ ਕੋਈਆਂ ਨਹੀਂ ਸਨ, ਉਹਲੇ ਇਸ ਤਰੀਕੇ ਦਾ ਜਿਹੜਾ ਨਾਂ ਲਿਖੀ ਉਹਨਾਂ ਨੇ ਸਨ ਠੀਕ ਹੈ ਨਾ। ਚੌਧਰੀ ਯਾਲੀ ਵਲਤ ਨੇਕ ਮੁਹੰਮਦ ਉਸ ਟਾਈਮ ਜਿਹੜਾ ਨਾ ਇਸਾ ਜਿਹੜਾ ਨਾ ਲਿਖੀ ਉਹਨਾਂ ਨੇ ਸਨ ਠੀਕ ਹੈ ਜੀ। ਤਾਂ ਕੀ ਰਿਹਾ ਸੋ ਹੋਰ ਵੀ ਕਬਰਾਂ ਜਿਹੜੀਆਂ ਨਾ ਪੁਰਾਣੀਆਂ ਉਹ ਜਿਹੜੀਆਂ ਇਸਾ ਲਿਖਤੀ ਨਾ ਕੀਤੀ ਵੀ ਠੀਕ ਹੈ। ਤਾਂ ਕੀ ਰਿਹਾ ਸੋ ਇਹ ਜਿਹੜਾ ਨਾ ਇਸ ਕਬਰਾਂ ਪਰ ਵੀ ਨਾ ਜਿਹੜਾ ਨਾ ਨਾਂ ਵਗੈਰਾ ਲਿਖੇ ਆ ਨਾਲ ਵਾਲੀ ਕਬਰ ਬਚਾ ਸੋ ਇਸਨੇ ਪਰ ਉਹਲੇ ਤਖਤੀਆਂ ਵਗੈਰਾ ਕੁਝ ਨਹੀਂ ਲਾਉਣੇ ਸਨ ਠੀਕ ਹੈ ਜੀ। ਇਹਨਾਂ ਕਬਰਾਂ ਵਿੱਚ ਤਰੀਕਿਆਂ ਉਹਦਾ ਨਾਂ ਲਿਖੀ ਉਹਨਾਂ ਨੇ ਸਨ। ਇਹ ਡੈਮ ਜਿਹੜਾ ਨਾ ਮਸੇ ਹੁਣ ਲੱਥ ਆਇਆ ਇਹ ਵੀ ਤੁਸੀਂ ਤੱਕਣੇ ਸੋ ਜਗ੍ਹਾ ਲੈ ਬਿੱਲੀ ਵੀ ਹੈ ਅਤੇ ਮੂਰੀ ਇਸਨੇ ਜਿਹੜਾ ਹਲ ਮਾਰ ਸਨ ਅਤੇ ਅਬਲ ਹਲ ਮਾਰੀ ਵਾਲਿਆਂ ਨੇ ਇਸ ਹਿਸਾਬ ਵਿੱਚ ਇੰਨਾ ਆਇਆ ਦਾਣੇ ਰਾਹ ਸਨ ਅਤੇ ਇਨਸ਼ਾਅੱਲਾ ਕੰਗ ਨਾ ਆਇਆ ਮੋਲੀ ਅਸੀਂ। ਇਹ ਸਾਰੀਆਂ ਜਿਹੜੀਆਂ ਹੁਣ ਇੱਟਾਂ ਪਈਆਂ ਨਾ ਇਹ ਕਬਰਸਤਾਨ ਦੀਆਂ ਇੱਟਾਂ ਕਬਰਾਂ ਦੀਆਂ ਠੀਕ ਹੈ। ਕਾਫੀ ਸਾਰੀਆਂ ਕਬਰਾਂ ਜਿਹੜੀਆਂ ਨਾ ਮੁਤਾਸਰ ਹੀ ਗਈਆਂ। ਬਗਲੇ ਸ਼ਗਲੇ ਉਸ ਤੋਂ ਬਾਅਦ ਕਿਸ਼ਤੀਆਂ ਤੱਕਣੇ ਸੋ ਸਪੀਡ ਬੋਟ ਵੀ ਚੱਲੀ ਰਹੀ ਹੈ ਇਸ ਟਾਈਮ। ਅੱਛਾ ਜੀ, ਇੱਥੋਂ ਤੱਕਣੇ ਸੋ ਮਸਜਿਦ ਕਿ ਕਾਫੀ ਸੋਹਣੀ ਮਸਜਿਦ ਇੱਥੋਂ ਲੱਗਣੀ ਹੈ ਠੀਕ ਹੈ। ਮਾਸ਼ਾਅੱਲਾ ਹਾਂਜੀ ਹਾਂ ਰਾਤ ਇਸ ਟਾਈਮ ਜਿਹੜਾ ਮੈਂ ਤੁਸੀਂ ਕੀ ਜਿਹੜੀ ਹੈ ਨਾ ਮਸਜਿਦ ਦੱਸੀ ਰਹੀ ਸਾਂ ਕਲਵਰੀ ਅਤੇ ਮਾਸ਼ਾਅੱਲਾ ਕਾਫੀ ਸੋਹਣੀ ਲੱਗਣੀ ਹੈ। ਉਸ ਤੋਂ ਬਾਅਦ ਤੁਸੀਂ ਕਿ ਜਿਹੜੀਆਂ ਕਬਰਾਂ ਦੱਸੀਆਂ ਤੱਕੀਆਂ ਨੇ ਉਸ ਟਾਈਮ ਤਖਤੀਆਂ ਕੋਈਆਂ ਨਹੀਂ ਸਨ ਜੇ ਲਾਈ ਸਕਣ ਉਸ ਜਿਹੜਾ ਮਿਸਤਰੀ ਲੱਗਿਆ ਹੋਣਾ ਸੀ ਇਸ ਜਿਹੜਾ ਨਾਂ ਵਗੈਰਾ ਲਿਖੀ ਜਾਂਦੇ ਨੇ ਸਨ।